ਅਸਲ 'ਚ ਮੇਰੇ ਖਿਆਲ ਪੱਕਾ ਨਹੀਂ ਸੀ ਰਹਿੰਦਾ ਜੋ ਮੈਨੂੰ ਇੱਥੋਂ ਦੱਸਿਆ ਇਹਨਾਂ ਨੇ। ਉਹ ਕਦੇ ਕਦੇ ਇੱਥੇ ਨਾਲ ਆਉਂਦਾ ਸੀ ਅਤੇ ਉਹ ਰਹਿੰਦਾ ਸੀ। ਜਿਸ ਤਰ੍ਹਾਂ ਨਾ ਕੱਲ੍ਹ ਰਾਤੀ ਮੈਨੂੰ ਮੁੰਡਿਆਂ ਨੇ ਦੱਸਿਆ ਨੇ ਅੰਮ੍ਰਿਤਪਾਲ ਨੇ, ਅਤੇ ਉਹ ਕੱਲ੍ਹ ਗ੍ਰਹਿ ਵੀ ਕਰਾਉਂਦਾ ਰਿਹਾ ਨਾਲ, ਅੱਗੇ ਵੀ ਆਣ ਕੇ ਰਹਿੰਦਾ ਰਿਹਾ ਇੱਥੇ। ਸੋ ਮੈਂ ਸਮਝਦਾ ਹੈ ਕਿ ਕਿਸੇ ਨੇ ਜਦੋਂ ਕਿਸੇ ਕੋਈ ਰੜਕਦਾ ਹੋਵੇ ਨਾ ਕਿਸੇ ਦੀ ਕੋਈ ਜਗ੍ਹਾ 'ਚ, ਭਾਵੇਂ ਕਿਸੇ ਲੈਵਲ 'ਤੇ ਧਾਰਮਿਕ ਹੋਵੇ ਜਾਂ ਰਾਜਨੀਤਿਕ ਹੋਵੇ ਜਾਂ ਹੋਰ ਵੀ ਕਈ ਕਾਰਨ ਹੋ ਸਕਦੇ ਆ, ਅਤੇ ਉਹ ਫਿਰ ਨਾਲ ਦੇ ਬੰਦੇ ਨੂੰ ਖਰੀਦ ਕੇ ਹੀ ਉਹਨੂੰ ਮਰਵਾ ਦਿੰਦੇ ਹੁੰਦੇ ਆ। ਮੈਨੂੰ 100% ਲੱਗਦਾ, ਕਿਉਂਕਿ ਮੇਰਾ ਬੜਾ ਤਜਰਬਾ, ਕਿਉਂਕਿ ਨਿੱਕੀ ਮੋਟੀ ਗੱਲ ਤੋਂ ਕੋਈ ਕਿਸੇ ਨੂੰ ਮਾਰ ਨਹੀਂ ਆਉਂਦਾ ਹੁੰਦਾ, ਨਿੱਕੀ ਮੋਟੀ ਗੱਲ ਤੋਂ ਨਹੀਂ ਕੋਈ ਕਿਸੇ ਨੂੰ ਮਾਰਦਾ ਐਵੇਂ, ਇੱਕ ਦੂਜੇ ਨਾਲ ਮਾੜੀ ਮੋਟੀ ਗੱਲਾਂ ਰੋਜ਼ ਹੀ ਹੁੰਦੀਆਂ ਨੇ। ਅਤੇ ਅੱਜ ਕੱਲ੍ਹ ਚਲੋ ਇਹ ਵੀ ਗੱਲ ਹੈਗੀ ਆ, ਕਿਸੇ ਨੂੰ ਆਰਾਮ ਨਾ ਉਹਨਾਂ ਦਿਓ ਸੜਕ ਤੋਂ, ਅਤੇ ਉਹ ਵੀ ਡੇਲੇ ਘੱਟ ਘੱਟ ਵੇਖੀ ਜਾਂਦਾ ਵੀ ਮੈਨੂੰ ਰਾਹ ਨਹੀਂ ਦਿੱਤਾ, ਪੇਸ਼ੈਂਸ ਖਤਮ ਹੋ ਗਈ ਆ ਖਾਸ ਕਰਕੇ ਨੌਜਵਾਨੀ ਦੀ। ਵਿਸ਼ਵਾਸ ਤਾਂ ਜੇ ਨਾਲ ਦਾ ਹੀ ਮਾਰਦੇ, ਕਹਿੰਦਾ ਨਾਲ ਦਾ ਬੰਦਾ ਹੀ ਮਾਰਦੇ ਤਾਂ ਉਦੋਂ ਵੱਡਾ ਹੋਰ ਬੇਵਿਸ਼ਵਾਸੀ ਕੀ ਹੋ ਸਕਦਾ। ਮੈਂ ਸਮਝਦਾ ਕਿ ਇਹ ਜਿਹੜੇ ਰਿਸ਼ਤਾ ਨਾਲ ਰਹਿ ਕੇ, ਨਾਲ ਗੜਬਈ ਰਹਿ ਕੇ ਜਾਂ ਸੇਵਾਦਾਰ ਰਹਿ ਕੇ ਉਹ ਹੀ ਮਾਰ ਦਿੰਦੇ, ਤਾਂ ਇਹਦੋਂ ਵੱਡਾ ਹੋਰ ਵਿਸ਼ਵਾਸ ਘੱਟ ਕੀ ਹੋ ਸਕਦਾ। ਮੈਂ ਬਿਲਕੁਲ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਉਹਦਾ ਜਿੰਨਾ ਚਿਰ ਫੜੋਗੇ ਨਾ ਉਨ੍ਹਾਂ ਚਿਰ ਅਸੀਂ ਸੰਸਕਾਰ ਨਹੀਂ ਗਾ ਕਰਨਾ, ਕਿਉਂਕਿ ਬੰਦਿਆਂ ਦਾ ਤਾਂ ਪਤਾ ਹੀ ਆ, ਬੰਦਾ ਤਾਂ ਤਾਂ ਵਿੱਚ ਕਈ ਰਹਾ ਹੁੰਦਾ ਵੀ ਪਤਾ ਨਹੀਂ ਲੱਗਦਾ ਵੀ ਫਲਾਣਾ ਮਰ ਗਿਆ ਫਲਾਣਾ ਮਰ ਗਿਆ। ਉਹ ਤਰ੍ਹਾਂ ਪੁਲਿਸ ਨੇ ਜੋ ਹੁਣ ਤੱਕ ਦੀ ਕਾਰਵਾਈ ਕੀਤੀ ਉਹ ਸੈਟਿਸਫੈਕਟਰੀ ਹੈਗੀ ਜੋ ਮੈਨੂੰ ਇਹਨਾਂ ਦੱਸਿਆ, ਕਿਉਂਕਿ ਰਾਤ ਹੀ ਇੱਥੇ ਆਣ ਕੇ ਬੈਠੇ ਰਹੇ ਆ, ਅਤੇ ਉਹ ਇਹ ਨਹੀਂ ਕਿ ਪੁਲਿਸ ਦੀ ਕੋਈ ਢਿੱਲ ਨਹੀਂ ਹੈਗੀ, ਪਰ ਇਹਦੇ ਬਾਵਜੂਦ ਵੀ ਅਸੀਂ ਉਹਦੀ ਡੂੰਘਾਈ ਤੱਕ ਜਾਣਾ ਚਾਹੁੰਦੇ ਹਾਂ ਵੀ ਉਹਨੂੰ ਮਾਰਿਆ ਅਤੇ ਮਾਰਿਆ ਕਿਉਂ। ਨਹੀਂ, ਮੇਰੇ ਨਾਲ ਉਹਨਾਂ ਨੇ ਕੋਈ ਕਦੇ ਗੱਲ ਨਹੀਂ ਕੀਤੀ ਇਹੋ ਜਿਹੀ। ਔਰ ਉੱਥੇ ਜਦੋਂ ਸੰਤਾਂ ਦਾ ਮੇਲਾ ਹੁੰਦਾ ਸੀ ਨਾ ਪੂਰੇ, ਸੰਤ ਕਰਤਾਰ ਸਿੰਘ ਖਾਲਸਾ ਪਿੰਡ ਮੇਰੇ ਪਿਤਾ ਜੀ ਦਾ, ਉੱਥੇ ਜਾ ਕੇ ਮੇਰੇ ਨਾਲ ਮੁੰਡੇ ਨਾਲ ਮੋਢਾ ਡਾ ਕੇ ਖਲੋਂਦਾ ਰਿਹਾ। ਭਾਵੇਂ ਭਾਈ ਅਮਰੀਕ ਸਿੰਘ ਦਾ ਮੇਲਾ ਹੁੰਦਾ ਸੀ ਚਾਹੇ ਸੰਤ ਜਰਨੈਲ ਸਿੰਘ ਦਾ, ਮੈਂ ਮਨਾਉਂਦਾ ਚਾਰ ਮੇਲੇ ਮਨਾਉਂਦਾ ਮੈਂ ਹਰ ਸਾਲ ਉੱਥੇ ਪੂਰੇ, ਅਤੇ ਹਰ ਸਾਲ ਕਈ ਵਾਰਾਂ ਜਿਵੇਂ ਮੈਂ ਆਖਣਾ ਵੀ ਯਾਰ ਕਿ ਇਹ ਛੋਟਾ ਮੇਲਾ ਰਹਿਣ ਦੀਆਂ, ਉਹਨੇ ਕਹਿਣਾ ਨਹੀਂ ਲੰਗਰ ਦੀ ਸੇਵਾ ਮੈਂ ਕਰ ਦੂੰਗਾ ਅਤੇ ਆਪਾਂ ਭਾਈ ਸਾਹਿਬ ਮਨਾਈਏ ਜ਼ਰੂਰ, ਕੁਰਬਾਨੀ ਬੜੀ ਹੈ ਤੁਹਾਡੇ ਪਰਿਵਾਰ ਦੀ, ਠੀਕ ਹੈ ਨਾ, ਹੈ ਤਾਂ ਕੌਮ ਦਾ ਫਰਜ਼ ਬਣਦਾ ਹੈ ਮਨਾਉਣ ਦਾ, ਤਾਂ ਕਹਿੰਦਾ ਕਈ ਵਾਰ ਭੁੱਲ ਜਾਂਦੇ ਆ ਲੋਕ। ਮੈਂ ਸਮਝਦਾ ਮੇਰੀ ਸੱਜੀ ਬਾਂਹ ਭੱਜਣ ਵਾਲੀ ਗੱਲ ਹੋਈ ਆ, ਭਰਾ ਹੀ ਜੇ ਭਰਾ ਹੀ ਮਾਰਿਆ ਜਾਵੇ ਤਾਂ ਇਹ ਤਾਂ ਕੀ ਅਫਸੋਸ ਦੀ ਗੱਲ ਹੋਰ ਹੋ ਸਕਦੀ, ਭਰਾ ਹੀ ਮਾਰਤਾ। ਮਹਾਰਾਜ ਤਾਂ ਸਾਡੇ ਗੁਰਦੁਆਰੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ, ਬਹੁਤ ਮਾੜੀ ਗੱਲ ਕਰਕੇ ਚੇਲਾ ਨਾਲ ਆਉਂਦਾ ਹੀ ਚੱਲ ਜਾਂਦਾ, ਆਉਂਦਾ ਹੀ ਚੱਲ ਜਾਂਦਾ ਜੀ, ਬਹੁਤ ਮਾੜੀ ਗੱਲ ਹੋਈ ਜੀ। ਉਹ ਟਾਈਮ ਤਾਂ ਸਵਾਸ ਹੈ ਨਹੀਂ ਜਦੋਂ ਅਸੀਂ ਆਏ, ਅਸੀਂ 15-20 ਮਿੰਟ ਦੇ ਵਿੱਚ ਹੀ ਆ ਗਏ ਅਤੇ ਸਵਾਸ ਹੈ ਨਹੀਂ, ਸਵਾਸ ਛੱਡ ਗਏ, ਇਹ ਖੰਜਰ ਜਾਪਦਾ ਜੀ। ਇੱਕ ਪੇਟ ਲੈ ਗਿਆ ਜੀ, ਘੁਮਾਇਆ ਉਹਨਾਂ ਦੀ ਲੈ ਕੇ ਗਿਆ ਜੀ। ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਜੀ ਮਹਾਰਾਜ, ਇਹਦਾ ਸਾਨੂੰ ਨਿਸ਼ਾਨ ਮਿਲਣਾ ਚਾਹੀਦਾ ਜੀ। ਤਕਰੀਬਨ 17-18 ਸਾਲ ਦੀ ਜਾਪਦੀ ਹੈ ਜੀ, ਇਹ ਕਾਦੀਆਂ ਏਰੀਏ ਦਾ ਜੀ, ਕਦੀ ਆਈ ਨਾ ਕਦੀ ਚੱਲ ਜਾਂਦਾ ਜੀ।